ਬਟਾਲਾ ਦੇ ਪਿੰਡ ਗ੍ਰੰਥਗੜ੍ਹ ਵਿੱਚ ਤਿੰਨ ਬੱਚਿਆਂ ਦੀ ਸ਼ੱਕੀ ਹਾਲਾਤ ਵਿੱਚ ਸਿਹਤ ਵਿਗੜਨ ਤੋਂ ਬਾਅਦ ਦੋ ਦੀ ਮੌਤ ਹੋਈ ਹੈ। ਤੀਜੇ ਬੱਚੇ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਤਿੰਨੇ ਬੱਚੇ ਆਪਸ ਵਿੱਚ ਚਚੇਰੇ ਭੈਣ ਭਰਾ ਸਨ। ਬੱਚਿਆਂ ਦੇ ਦਾਦੇ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਬੱਚੇ ਘਰੋਂ ਖੇਡ ਕੇ ਵਾਪਸ ਆਏ ਸਨ ਤਾਂ ਰਾਤ ਸਮੇਂ ਪਹਿਲਾਂ ਅਰਸ਼ਦੀਪ ਦੀ ਸਿਹਤ ਖਰਾਬ ਹੋਈ। ਉਸ ਤੋਂ ਕੁਝ ਸਮੇਂ ਬਾਅਦ ਦੂਜੇ ਹੋਰ ਬੱਚਿਆਂ ਦੀ ਵੀ ਹਾਲਤ ਵਿਗੜਨ ਲੱਗੀ। ਉਹ ਬੱਚਿਆਂ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਲੈ ਗਏ ਜਿੱਥੇ ਅਰਸ਼ਦੀਪ ਤੇ ਧਰਮਵੀਰ ਦੀ ਮੌਤ ਹੋਈ ਹੈ, ਜਦਕਿ ਤੀਜੇ ਬੱਚੇ ਰਾਜਵੀਰ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਸਤਨਾਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਹਾਲਾਤ ਜ਼ਿਆਦਾ ਡਾਕਟਰੀ ਖਰਚ ਨਹੀਂ ਚੱਲ ਸਕਦੇ, ਇਸ ਲਈ ਉਹਨਾਂ ਬੱਚਿਆਂ ਦੇ ਪੋਸਟਮਾਰਟਮ ਕਰਾਉਣ ਤੋਂ ਮਨਾ ਕਰ ਦਿੱਤਾ ਹੈ। ਉੱਧਰ ਮਾਮਲੇ ਦੀ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਘਟਨਾ ਦੀ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਤੀਜਿਆਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹਨਾਂ ਜੀ ਅਚਾਨਕ ਵਾਪਰ ਗਈ ਜਿਹਦੇ ਅਸੀਂ ਬਿਆਨ ਨਹੀਂ ਕਰ ਸਕਦੇ। ਬਾਕੀ ਸਾਡਾ ਕਿਸੇ ਦਾ ਕੋਈ ਈਰਖਾ ਵੈਰ ਵਿਰੋਧ ਕੋਈ ਨਹੀਂ। ਹਾਲਤ ਇਹ ਲੜਕੀ ਦੀ, ਸਭ ਤੋਂ ਪਹਿਲੇ ਉਹਨੇ 6 ਵਜੇ ਉਲਟੀ ਕੀਤੀ ਆ, ਉਹ ਤੋਂ ਬਾਅਦ ਅਸੀਂ ਦਵਾਈ ਉਹਨੂੰ ਲਿਆ ਕੇ ਦਿੱਤੀ ਮੈਡੀਕਲ ਸਟੋਰ ਤੋਂ ਅਤੇ ਉਹ ਟਿਕ ਗਈ ਆ। ਮੁੜ ਕੇ ਅਸੀਂ ਆਖਿਆ ਵੀ ਇਹ ਠੀਕ ਆ, ਆਰਾਮ ਆ ਗਈ। ਥੋੜ੍ਹੇ ਮਿੰਟਾਂ ਬਾਅਦ ਮੈਂ ਮੁੜ ਕੇ ਉੱਥੋਂ ਹੋ ਗਿਆ ਆ ਬਾਹਰੋਂ ਅਤੇ ਆਉਂਦਿਆਂ ਨੂੰ ਇਹ ਲੜਕੇ ਦੋਵੇਂ ਜਾਣੇ ਉਲਟੀਆਂ ਕਰ ਲਏ ਅਤੇ ਇਹਨਾਂ ਨੂੰ ਪੁੱਛਿਆ ਵੀ ਇਹਦੀ ਮਾਂ ਨੂੰ ਮੰਮੀ ਨੂੰ ਅਸੀਂ ਮੈਂ ਕਿਹਾ ਕਾਕਾ ਦਵਾਈ ਦਵੂਈ ਦਿੱਤੀ ਆ, ਕਹਿੰਦੇ ਜੀ ਉਦੋਂ ਉਲਟੀ ਕੀਤੀ ਠੀਕ ਹੋ ਗਏ, ਕੋਈ ਫਿਕਰ ਵਾਲੀ ਗੱਲ ਨਹੀਂ। ਇਹ ਕਿ ਚੰਗਾ ਅਤੇ 10 ਵਜੇ ਤੋਂ ਬਾਅਦ ਸੌਣ ਤੋਂ ਬਾਅਦ 12 ਵੱਜ ਕੇ ਕੁਝ ਮਿੰਟ ਹੀ ਹੋਏ ਆ ਅਤੇ ਕੁੜੀ ਨੂੰ ਤਕਲੀਫ ਮਹਿਸੂਸ ਹੋਈ। ਅਸੀਂ ਛੇਤੀ ਨਾਲ ਉਸੇ ਵਕਤ ਉਹਦੇ ਦੁਆਲੇ ਇਕੱਠੇ ਹੋਏ ਆ ਸਾਰੇ ਬੰਦੇ ਘਰ ਦੇ ਜੀ, ਅਤੇ ਇਹ ਲੜਕੀ ਇੱਧਰ ਸੀ ਅਤੇ ਇਹ ਉਹ ਲੜਕੇ ਨੂੰ ਲੈ ਕੇ ਜਾਣ ਲਈ ਤਾਂ ਰੋਈ ਜਾਵੇ ਜਾਏਗਾ ਕੀ ਗੱਲ, ਕਹਿੰਦੀ ਇਹਨੂੰ ਵੀ ਕੁਝ ਹੋ ਗਿਆ ਜੀ। ਅਸੀਂ ਵੇਖਿਆ ਲੜਕੇ ਨੂੰ ਅਤੇ ਲੜਕਾ ਵੀ ਇਸ ਤਰ੍ਹਾਂ ਡੋਰ ਭਰਿਆ ਜਿਹਾ ਹੋਇਆ। ਉਦੋਂ ਅੱਗੇ ਫਿਰ ਅਸੀਂ ਆਖਿਆ ਵੀ ਇਹ ਖੁੱਲ੍ਹ ਉਹਨੂੰ ਵੇਖੀਏ ਕਿ ਉਹਨੂੰ ਵੇਖੀ ਵਿੱਚ ਗੈਪ ਤਾਂ 5-6 ਫੁੱਟ ਦਾ ਸੀ ਅਤੇ ਉਹਦੇ ਚਿਰ ਚੋਂ ਦੀ ਸਾਰੇ ਟੱਬਰ ਨੂੰ ਉੱਠ ਕੇ ਮੁੰਡੇ ਨੂੰ ਆ ਭਤੀਜਾ ਸਾਡਾ ਕੋਠੇ ਥਾਣੀ ਜਾ ਕੇ ਉਹਨੂੰ ਉਠਾ ਲਿਆ ਅਤੇ ਉਹ ਆਖਿਆ ਵੀ ਚਲੋ ਜੀ ਹਸਪਤਾਲ ਖੜੀਏ। ਉੱਥੇ ਹਸਪਤਾਲ ਜਾਣ ਵਾਸਤੇ ਉਹਨੇ ਮੋਟਰਸਾਈਕਲ ਚਲਾਇਆ ਅਤੇ ਇੱਕ ਨੂੰ ਮੁੰਡੇ ਨੇ ਚੁੱਕ ਲਿਆ ਕੁੜੀ ਨੂੰ, ਦੂਜੇ ਮੁੰਡੇ ਨੇ ਬਨੈਣ ਅਤੇ ਕੱਛਾ ਪਾਇਆ ਸੀ, ਉਹਨੇ ਕੱਪੜੇ ਵੀ ਨਹੀਂ ਪਾਏ, ਉਸੇ ਤਰ੍ਹਾਂ ਤੁਰ ਪਿਆ ਉਹਨੂੰ ਦੂਜੇ ਮੁੰਡੇ ਨੂੰ ਅਤੇ ਕੁੜੀ ਨੂੰ ਚੁੱਕ ਕੇ ਤਿੰਨੇ ਜਾਣੇ ਉੱਥੇ ਬਟਾਲੇ ਪਹੁੰਚ ਗਏ। ਉਹ ਲੜਕਾ ਤਾਂ ਪਹੁੰਚਿਆ ਨਹੀਂ ਬਟਾਲੇ ਅਤੇ ਲੜਕੀ ਉੱਥੇ ਫਿਰ ਥੋੜ੍ਹਾ ਬਹੁਤਾ ਲਾਈ ਆਕਸੀਜਨ ਵਗੈਰਾ ਲਗਾਈ। ਉਹ ਲਾਉਣ ਤੋਂ ਬਾਅਦ ਉਹਨਾਂ ਆਖਿਆ ਵੀ ਨਹੀਂ ਸਾਡੇ ਵੱਸ ਦੀ ਗੱਲ ਨਹੀਂ, ਇਹਨੂੰ ਅੰਮ੍ਰਿਤਸਰ ਲੈ ਜਾਓ। ਉਹਨੂੰ ਅੰਮ੍ਰਿਤਸਰ ਲੈ ਗਏ ਅਤੇ ਉੱਥੇ ਹੁਣ ਦੂਜਾ ਉਹ ਫਿਰ ਮੁੰਡਾ ਉਹ ਤਾਂ ਉਹਨਾਂ ਨੂੰ ਉੱਥੇ ਫਰਿੱਜ 'ਚ ਲਾ ਦਿੱਤਾ ਗੰਭੀਰ ਹਾਲਤ। ਉਹ ਦੂਜਾ ਮੁੰਡਾ ਠੀਕ ਹੈ ਜਿਹੜਾ ਇਹਦਾ ਭਰਾ ਵਾ ਵੱਡਾ, ਅਤੇ ਉਹਦੇ ਛੋਟੇ ਦੀ ਡੈਥ ਹੋ ਗਈ। ਕੋਈ ਸ਼ੱਕ ਨਹੀਂ, ਪੋਸਟਮਾਰਟਮ ਅਸੀਂ ਇਸ ਕਰਕੇ ਨਹੀਂ ਕਰਵਾਉਣਾ ਚਾਹੁੰਦੇ ਕਿ ਲੜਕੀ ਸਾਡੀ ਜਿਹੜੀ ਇਹਦੀ ਮਾਂ ਵਾ ਉਹ ਮੈਂਟਲ ਜੇ ਦਿਮਾਗ ਦਾ ਨੁਕਸ ਆ ਜਿਹਦੇ ਕਰਕੇ ਕੁਛ 6 ਮਹੀਨੇ ਤਕਲੀਫ ਬਹੁਤ ਜ਼ਿਆਦਾ। ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਅੱਜ ਅਤੇ ਅਸੀਂ ਆਏ ਸੀਗੇ ਇੱਥੇ, ਪਤਾ ਲੱਗਾ ਕਿ ਕੋਈ ਚੀਜ਼ ਜਿਹੜੀ ਆ ਉਹ ਸ਼ਾਇਦ ਮਤਲਬ ਇਹ ਵੀ ਇਹਨਾਂ ਨੂੰ ਘਰ ਵਾਲਿਆਂ ਨੂੰ ਨਹੀਂ ਪਤਾ ਕਿ ਕੀ ਖਾਧਾ ਗਿਆ ਹੈ। ਰਾਤ ਇਹਨਾਂ ਨੂੰ ਬੱਚਿਆਂ ਨੂੰ ਕੋਈ ਥੋੜ੍ਹੀ ਜਿਹੀ ਉਲਟੀ ਆਈ ਸੀਗੀ, ਉਸ ਤੋਂ ਬਾਅਦ ਇਹਨਾਂ ਦਵਾਈ ਲਿਆ ਕੇ ਦਿੱਤੀ ਆ ਅਤੇ ਠੀਕ ਹੋ ਗਏ ਆ। ਅਤੇ ਉਸ ਬਾਅਦ ਜਦੋਂ ਸੌਂ ਗਏ ਆ ਰਾਤ 12 ਵਜੇ ਫਿਰ ਇਹਨਾਂ ਨੂੰ ਕੋਈ ਪ੍ਰੋਬਲਮ ਆਈ ਹੈ ਪੇਟ ਦੇ ਵਿੱਚ ਅਤੇ ਇਹ ਹੋਸਪਿਟਲ ਲੈ ਕੇ ਗਏ ਆ। ਇੱਕ ਲੜਕਾ ਉੱਥੇ
ਸਿਵਲ ਹੋਸਪਿਟਲ ਬਟਾਲੇ ਜਿਹੜਾ ਉਹ ਡੈੱਡ ਹੋ ਗਿਆ ਅਤੇ ਦੋ ਬੱਚਿਆਂ ਨੂੰ ਗੁਰੂ ਨਾਨਕ ਹੋਸਪਿਟਲ ਦਾ ਰੈਫਰ ਕੀਤਾ ਸੀਗਾ ਬਟਾਲੇ ਵਾਲਿਆਂ ਨੇ। ਉੱਥੇ ਜਾ ਕੇ ਅਤੇ ਇੱਕ ਲੜਕੀ ਅਰਸ਼ਦੀਪ ਕੌਰ ਦੀ ਜਿਹੜੀ ਉਹ ਡੈੱਥ ਹੋ ਗਈ ਫਿਰ, ਅਤੇ ਇੱਕ ਬੇਟਾ ਜਿਹੜਾ ਉੱਥੇ ਦਾਖਲਿਆ ਉਹ ਠੀਕ ਠਾਕ ਆ ਅਤੇ ਬਾਕੀ ਕਾਰਵਾਈ ਚੱਲ ਰਹੀ ਹੈ ਜੀ। ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।